ਕੈਲਿਡਮ ਦੇ ਰਹਿਣ ਵਾਲੇ ਗਿਆਨ ਸਿੰਘ ਦਰਦੀ ਮੁਤਾਬਕ ਉਹਨਾਂ ਦੀ ਪਤਨੀ ਦੇ ਸਾਥ ਛੱਡ ਕੇ ਜਾਣ ਦੀ ਪੀੜ ਨੂੰ ਉਹਨਾਂ ਨੇ ਇੱਕ ਕਿਤਾਬ ਲਿਖ ਕੇ ਜ਼ਾਹਿਰ ਕੀਤਾ ਇੱਕ ਕਿਤਾਬ ਸੀ ਜਿਹਨੇ ਮੈਂ ਫਿਰ ਉਹਨੂੰ ਸਮਰਪਣ ਕੀਤੀ ਸੀ ਡੈਡੀਕੇਟ ਕੀਤੀ ਸੀ ਆਪਣੀ ਬਾਈਸ ਨੂੰ ਅੱਛਾ ਜੀ ਉਹ ਚ ਮੈਂ ਇਹ ਪਹਿਲੀ ਗਾਜ਼ਲ ਲਿਖੀ ਹੋਸੀ ਇੰਜ ਕਰਾਂਗੇ ਉੰਜ ਕਰਾਂਗੇ ਇੰਜ ਕਰਾਂਗੇ ਉੰਜ ਕਰਾਂਗੇ ਬੜੀਆਂ ਗੱਲਾਂ ਕਰਦੇ ਸੀ ਸਾਥ ਮਰਾਂਗੇ ਸਾਥ ਰਹਾਂਗੇ ਬੜੀਆਂ ਗੱਲਾਂ ਕਰਦੇ ਸੀ ਜਦੋਂ ਕਦਰਬੀ ਹੋਏ ਅਚਾਨਕ ਹੀ ਬਾਜ਼ਾਰ ਵਿੱਚ ਜਾ ਕੇ ਆਏ ਤੇ ਮੈਡਮ ਮੁਦਲਮੇ ਪਏ ਮੈਂ ਸਾਰਾ ਦੇਖ ਕੇ ਬਾਕ ਨਾ ਹੋ ਰਹੇ ਜਾਂਦੇ ਹੁੰਦੇ ਸੀ ਮੈਂ ਸਾਰਾ ਦੇਖ ਕੇ ਇੱਕਦਮ ਉਸੇ ਸਰਾਣੇ ਤੇ ਰੱਖਿਆ ਬਸ ਸਿਰ ਸਰਾਣੇ ਤੇ ਅੱਖਾਂ ਖੋਲਹੀਆਂ ਬਸ ਫਿਰ ਫਿਨਿਸ਼ ਆਪਣੇ ਵਿਆਹ ਦੇ ਮੌਕੇ ਨੂੰ ਯਾਦ ਕਰਦੇ ਹਾਂ ਦਰਦੀ ਦੱਸਦੇ ਨੇ ਸੰਯੋਗ ਦੀ ਗੱਲ ਐ ਉਹ ਜੇ ਕਿਸੇ ਨੂੰ ਸਮਝ ਲਓ ਮੇਰੇ ਵੱਡੇ ਭਰਾ ਦੀ ਸ਼ਾਦੀ ਸੀ ਅੱਛਾ ਇਹ ਮੇਰੀ ਬਾਈ ਫੇ ਇਹ ਮੇਰੀ ਮੇਰੇ ਬਰਾਦਰ ਸ਼ਾਦੀ ਸੀ ਉਹਦੀ ਭੂਆ ਦੀ ਮੇਰੀ ਪਿਆ ਦੀ ਭੂਆ ਦੀ ਕੁੜੀ ਆ ਸਗੀ ਅੱਛਾ ਜੋ ਸ਼ਾਦੀ ਸੀ ਇਸ ਸ਼ਾਦੀ ਦੇ ਵਿੱਚ ਇਹ ਮੇਰੇ ਵੱਡੇ ਭਰਾ ਦਾ ਵਿਆਹ ਸੀਗਾ ਤੇ ਉਹਨੂੰ ਮੇਰੇ ਦੇਖਿਆ ਛੋਟਾ ਭਰਾ ਪਰੋਲੇ ਦਾ ਤੇ ਮੈਨੂੰ ਵੀ ਦੇਖ ਲਿਆ ਉਹਨਾਂ ਨੇ ਮਰ ਮੈਂ ਉਹ ਕੁੜੀ ਉਹ ਦੇਖੀ ਸੀ ਮੈਂ ਇਦਾਂ ਦੇਖੀ ਸੀ ਇਹ ਦੇਖ ਕੇ ਬਹੁਤ ਸੋਹਣੀ ਸੀ ਕੁੜੀ ਉਹ ਅੱਛਾ ਕੋਈ ਕੋਈ ਚਿੰਗੀ ਜਿਹਾ ਤੇ ਤੁਹਾਡੇ ਉਹ ਨਿਗਾ ਚੱਲ ਜਾਂਦੀ ਆ ਅੱਛਾ ਫਿਰ ਉਹ ਰੁੰਦੀ ਬੜੀ ਸੀ ਬੇਟੀ ਉਦੋਂ ਜਿਹੜੀ ਵਿਚ ਵਿਚਾਲੇ ਬੈਠੀ ਸੀ ਤੇ ਰੋਈ ਜਾਵੇ ਉਹਦੀ ਭੂਆ ਦੀ ਕੁੜੀ ਮਾਮੇ ਦੀ ਕੁੜੀ ਦੇ ਵਿਆਹ ਸੀਗਾ ਤੇ ਹੋਸਾ ਜਾਇ ਉਹ ਵਿਚਾਰੀ اچھا ਖੈਰ ਤੇ ਮੈਨੂੰ ਉਹ ਤੋਂ ਵੀ ਮੇਰੇ ਨਜ਼ਰ ਬੈਠ ਗਈ ਮੈਂ ਕੁੜੀ ਇਧਰ ਚਾਹੀਦੀ ਮੈਂ ਕਿਹਾ ਕੁਝ ਦੀ ਗੱਲ ਹੈ 1904 ਵਿੱਚ ਦਰਦੀ ਅਤੇ ਉਹਨਾਂ ਦੀ ਪਤਨੀ ਦਾ ਵਿਆਹ ਹੋਇਆ ਸੀ ਤਕਰੀਬਨ 55 ਸਾਲ ਦੇ ਸਾਥ ਤੋਂ ਬਾਅਦ ਉਹਨਾਂ ਦਾ ਜਾਣਾ ਟਾਈਮ ਤੇ ਯਾਦਾਂ ਦੀ ਰਹਿੰਦੀ ਹੈ ਤੂੰ ਇਹ ਬਾਜ਼ਾਰ ਜਾਣੇ ਤਾਂ ਉਹ ਨਾਲ ਹੁੰਦਾ ਸੀ ਤੂੰ ਤਾਂ ਤੋਂ ਯਾਦ ਆ ਜਦੋਂ ਦੇਖ ਕੇ ਹੁੰਦਦੇ ਆ ਕਿਹਾਂ ਜੀ ਕਿਸੇ ਰਿਸ਼ਤੇ ਦੀ ਜਾਣ ਮਿਲ ਜਾਣਾ ਹੁਣ ਤੂੰ ਇਕੱਲੇ ਜਾਣੇ ਭੋਲੇ ਤੂੰ ਨਾਲ ਸਾਧਿਆਂ ਦੇ ਤਾਂ ਤੋਂ ਯਾਦ ਆਉਂਦਾ ਉਹਦੇ ਮਨ ਦੇ ਗੁਰਚੇ ਤੇ ਆਦੇ ਇੱਕ ਵਾਰੀ ਹੁਣ ਰਾਤ ਨੂੰ ਮੈਂ ਸੁੱਤਾ ਪਿਆ ਹੁੰਦਾ ਸੀਗਾ ਮੈਨੂੰ ਪਾਣੀ ਪਿਆਸ ਮਿਲਣੀ ਮੇ ਪਾਣੀ ਪੀਣ ਨੂੰ ਜਾਣਾ ਉਹਨੇ ਮੈਨੂੰ ਉੱਠਣ ਨਹੀਂ ਕਹ ਦਿੱਤਾ ਹੁੰਦਾ ਜ਼ਿੰਦਗੀ ਪਰ ਉਹਨਾਂ ਕੋਲ ਤੂੰ ਪੈਰੋਂ ਮੇ ਪਾਣੀ ਲੈਣ ਦੀ ਆਪਾਂ ਜਿੰਨੀ ਮਰਜੀ ਕੁੜੀ ਨਹੀਂ ਤੁਸੀਂ ਪੈ ਹੋਵੇ ਮੇ ਪਾਣੀ ਮੈਨੂੰ ਉਹਨੇ ਲੈ ਦੇਣਾ ਮੈਂ ਕਦੇ ਉੱਠ ਕੇ ਪਾਣੀ ਨਹੀਂ ਪੀਤਾ ਨਾ ਲੱਗ ਮੈਂ ਹੀ ਮੈਂ ਮੈਂ ਅਗਰ ਪਿਆਸ ਪੰਨ ਲੱਗ ਮੈਂ ਪਾਣੀ ਪੀਣਾ ਹੈ ਨਾ ਨਾ ਉਹਨੇ ਕਹਿੰਦੀ ਪੀਰੋ ਸੀ ਉਹ ਸੋਫ ਐਫੈਕਸ਼ਨੇਟ ਮਨੋਵਿਗਿਆਨੀਆਂ ਮੁਤਾਬਕ ਇੱਕ ਲੰਬਾ ਸਮਾਂ ਸਾਥੀ ਨਾਲ گزارਨ ਤੋਂ ਬਾਅਦ ਜਦੋਂ ਮਨ ਤੇ ਸ਼ਰੀਰ ਇੱਕ ਖਾਸ ਅਵਸਥਾ ਵਿੱਚ ਹੁੰਦਾ ਹੈ ਇੱਕ ਸਾਥੀ ਦਾ ਤੁਰ ਜਾਣਾ ਸੀਨੀਅਰਜ਼ ਨੂੰ ਇੱਕ ਵੱਡਾ ਝਟਕਾ ਦੇ ਸਕਦਾ ਹੈ ਤੇ ਸਾਊਥ ਏਸ਼ੀਆਨ ਕਲਚਰ ਬਹੁਤ ਵਾਰ ਵੱਡੀ ਉਮਰ ਦੇ ਲੋਕਾਂ ਨੂੰ ਸਾਥੀ ਦੇ ਤੁਰ ਜਾਣ ਦੀ ਪੀੜ ਨੂੰ ਖੁੱਲ੍ਹ ਕੇ ਐਕਸਪ੍ਰੈਸ ਕਰਨ ਦਾ ਮੌਕਾ ਨਹੀਂ ਦਿੰਦਾ ਤੇ ਮਾਹਿਰਾਂ ਮੁਤਾਬਕ ਇਸ ਨੂੰ ਵਿਚਾਰਨ ਦੀ ਜ਼ਰੂਰਤ ਹੈ ਡਾਕਟਰ ਗੌਰਵ ਮਹਿਤਾ ਇੱਕ ਮਨੋਵਿਗਿਆਨੀ ਨੇ ਉਨਾ ਦਾ ਕਹਿਣਾ ਹੈ ਕਿ ਹਰ ਸਮਾਜ ਵਿੱਚ ਕਿਸੇ ਆਪਣੇ ਦੀ ਮੌਤ ਤੋਂ ਬਾਅਦ ਪਾਣਾ ਮੰਨਣ ਦਾ ਸਫ਼ਰ ਤੈਅ ਕਰਨ ਲਈ ਕੁਝ ਸਮਾਜਿਕ ਰਵਾਇਤਾਂ ਹੁੰਦੀਆਂ ਨੇ ਅਤੇ ਕੈਨੇਡਾ ਵਿੱਚ ਇਹਨਾਂ ਰਸਮਾਂ ਨੂੰ ਸਮੇਂ ਦੀ ਘਾਟ ਕਰਕੇ ਪੂਰਾ ਵਕਤ ਨਹੀਂ ਦਿੱਤਾ ਜਾਂਦਾ। ਦੇਖੋ ਸਾਡੇ ਕਲਚਰ ਜਿ ਕਿਉਂ ਹੁੰਦਾ ਸੀਗਾ ਉੱਥੇ ਜਦ ਆਪ ਕਰਦੇ ਸੀ ਅਸੀਂ ਆ ਬੰਦੇ ਨੂੰ ਜਾ ਕੇ ਸ਼ਮਸ਼ਾਨ ਜਾਂਦੇ ਸੀਗਾ ਤੇ ਉਹਦੇ ਬਾਅਦ ਉਹਨੂੰ ਜਲਾ ਕੇ ਵੀ ਆਉਂਦੇ ਸੀ ਉਹਦੇ ਬਾਅਦ ਫਿਰ ਚੌਥਾ ਹੁੰਦਾ ਸੀ 13ਵਾਂ ਹੁੰਦਾ ਸੀ ਸਾਡੇ ਸਲਾਣਾ ਵੀ ਹੁੰਦਾ। ਇਸ ਸਾਰੇ ਸ਼ਾਸਤਰਾ ਨੇ ਜਿਹੜੇ ਬਣਾਏ ਨੇ ਜਾਂ ਸੜੇ ਕਲਚਰ ਜੈਗਾ ਅ ਕਲੋਜ਼ਰ ਦਾ ਹੈਗਾ ਕਿ ਭਈ ਆਪਾਂ ਇਹ ਕਲੋਜ਼ ਕਰੀਏ ਕਿ ਭਈ ਉਹ ਮੇਰੀ ਆਤਮਾ ਚਲੀ ਗਈ ਹੈ ਉਹ ਸੁਖ ਨਾਲ ਸ਼ਾਂਤੀ ਨਾਲ ਹੈ ਅਸੀਂ ਹੁਣ ਚਲੀਏ ਕਰੀਏ ਉਹਦੇ ਬਾਅਦ ਫਿਰ ਆਪਣੀ ਆਪਣੀ ਲਾਈਫ ਤੇ ਵਾਪਸ ਤੁਰੀਏ ਕੈਲਗਰੀ ਵਿੱਚ ਸੀਨੀਅਰ ਔਰਤਾਂ ਦੀ ਪ੍ਰਤੀਨਿਧਤਾ ਕਰਦੀ ਸੰਸਥਾ ਦੀ ਨੁਮਾਇੰਦਗੀ ਕਰਦੇ ਡਾਕਟਰ ਬਲਵਿੰਦਰ ਬਰਾੜ ਮੁਤਾਬਕ ਇੱਕ ਸਾਥੀ ਦੇ ਚਲੇ ਜਾਣ ਤੋਂ ਬਾਅਦ ਇੱਕ ਖਾਸ ਪੀੜੀ ਦੇ ਸੀਨੀਅਰਸ ਵਿੱਚ ਮਰਦ ਅਤੇ ਔਰਤਾਂ ਅਲੱਗ-ਅਲੱਗ ਤਰੀਕੇ ਨਾਲ ਇਸ ਦੁੱਖ ਵਿੱਚੋਂ ਨਿਕਲਦੇ ਨੇ। ਇਹ ਸੱਖਣ ਦੋਹਾਂ ਦੇ ਸੀਨੇ 'ਚ ਫੈਲਦਾ ਹੈ। ਦੋਹਾਂ ਨੂੰ ਇਕਲਤਾ ਤੰਗ ਕਰਦੀ ਹੈ। ਦੋਹਾਂ ਦੇ ਲਈ ਸਿਚੁਏਸ਼ਨ ਗੱਲਬਾਤ ਕਰਨਾ ਦੁੱਖ ਦਾ ਦੁੱਖ ਸੋਕਰਨ ਦੀ ਸਿਚੁਏਸ਼ਨ ਨਹੀਂ ਰਹਿੰਦੀ। ਪਰ ਔਰਤਾਂ ਆਪਣੇ ਆਪ ਨੂੰ ਭਾਂਡਿਆਂ 'ਚ, ਬੱਚਿਆਂ 'ਚ, ਕੱਪੜਿਆਂ 'ਚ, ਗਹਿਣਿਆਂ 'ਚ ਲਾ ਲੈਂਦੀਆਂ ਨੇ, ਇੱਕ ਤਰ੍ਹਾਂ ਨਾਲ ਰੁਝੇਵਾ ਪਾੜ ਲੈਂਦੀਆਂ ਨੇ ਤੇ ਉਹਨਾਂ ਦਾ ਨੂ ਨਾਲ ਵੀ ਰਿਸ਼ਤਾ ਹੋਰ ਤਰ੍ਹਾਂ ਹੋ ਜਾਂਦਾ ਕਿ ਮੈਂ ਤੇਰਾ ਕੰਮ ਕਰਾ ਦਨੀ ਆ ਪਰ ਮਰਦ ਲਈ ਇਹ ਬਹੁਤ ਔਖਾ ਹੈ ਮਰਦ ਨੂੰ ਇਸ ਲਈ ਔਖਾ ਹੈ ਕਿ ਉਹਨੇ ਨੂ ਤੋਂ ਮੰਗਣਾ ਹੈ ਮੈਨੂੰ ਚਾਹ ਦਾ ਕੱਪ ਦੇ ਦੇ ਮੈਨੂੰ ਪ੍ਰਸ਼ਾਦ ਬਣਾ ਦੇ ਮੇਰਾ ਗਲਾ ਖਰਾਬ ਹੈ ਤਾਂ ਅਗੋਂ ਨੂ ਕਹਿੰਦੀ ਆ ਤੂੰ ਬੁढ़ा ਹੋ ਗਿਆ ਹਲੇ ਤੱਕ ਤੇਰੇ ਸਵਾਦ ਨਹੀਂ ਸੂਤ ਆਏ ਤੂੰ ਚੁੱਪ ਕਰਕੇ ਜਿਹੜਾ ਕੁਝ ਮਿਲਦਾ ਉਹ ਖਾਲ ਹੈ ਉਹਨਾਂ ਦੇ ਮਨ ਵਿੱਚ ਵਾਰ-ਵਾਰ ਆਪਣਾ ਬੀਤਿਆ ਵੇਲਾ ਸਾਹਮਣੇ ਆਉਂਦਾ ਉਹ ਕਹਿੰਦੇ ਤੁਰਦੇ ਸੀ ਫਿਰਦੇ ਸੀ ਹਾਕਮ ਸੀ ਕਰਦੇ ਗਿਆਨ ਸਿੰਘ ਦਰਦੀ ਹੋਰਾਂ ਨੇ ਇਸ ਦਰਦ ਨੂੰ ਇੱਕ ਮਕਸਦ ਵਿੱਚ ਬਦਲ ਲਿਆ ਅਤੇ ਡਾਕਟਰ ਮਹਿਤਾ ਮੁਤਾਬਿਕ ਬਜ਼ੁਰਗਾਂ ਦੀ ਜ਼ਿੰਦਗੀ ਦੇ ਇਸ ਨਾਜ਼ੁਕ ਮੋੜ ਤੇ ਉਹਨਾਂ ਨੂੰ ਪਰਿਵਾਰ ਦੇ ਸਹਿਯੋਗ ਦੀ ਹੋਰ ਵੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਤਾਂ ਕਿ ਉਹ ਜ਼ਿੰਦਗੀ ਦੀ ਧਾਰਾ ਨਾਲ ਮੁੜ ਤੋਂ ਜੁੜ ਸਕਣ ਇਨ ਐਕਸੈਪਟੈਂਸ ਇਜ਼ ਅ ਬਿਗ ਪਾਰਟ ਐਕਸੈਪਟੈਂਸ ਇਜ਼ ਅ ਮਚੂਰ ਫੇਸ ਜੇ ਤੁਸੀਂ ਐਕਸੈਪਟ ਕਰਦੇ ਹੋ ਕਿ ਭਾਈ ਮੇਰੇ ਨਾਲ ਚਲਾ ਗਿਆ ਹੈ ਮੇਰਾ ਪਾਰਟਨਰ ਚਲਾ ਗਿਆ ਹੈ ਹੁਣ ਉਹ ਵਾਪਸ ਨਹੀਂ ਆਣਾ ਹੁਣ ਆਈ ਹੈਵ ਟੂ look after myself and carry on the way i should so acceptance is a mature way of dealing with it asli zaruri mm hai -hmm. ki aap apne parivar ke naal gal closure kariye lavin gill omni news